हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਕਟੇਸ਼ਨ 29 ਜਨਵਰੀ 2023 ਦਾ ਸੰਪਾਦਕੀ ਪੈਰਾ 200 ਸ਼ਬਦ ਪਹਿਲਾਂ ਕਰਾਂਗੇ 200 ਸ਼ਬਦ 2 ਮਿੰਟ ਦੀ ਬ੍ਰੇਕ ਤੋਂ ਬਾਅਦ ਕਰਾਂਗੇ ਹੋਰ ਵੀ ਡਿਕਟੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਹਾਂ ਜੀ ਰੈਡੀ ਹਾਂ ਤੁਸੀਂ ਅੱਜ ਦੀ ਡਿਕਟੇਸ਼ਨ ਆਪਾਂ ਕਰੀਏ ਸਟਾਰਟ ਹਾਂ ਜੀ ਸਟਾਰਟ ਪਿਛਲੇ 10 ਕੁ ਮਹੀਨੇ ਦੇ ਅਰਸੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿੱਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਹੀ ਭਾਸ਼ਣਾਂ ਜਾਂ ਬਿਆਨ ਦਿੱਤੇ ਹੋਣਗੇ ਡੰਡੀ ਅਖਬਾਰਾਂ ਤੋਂ ਇਲਾਵਾ ਟੀਵੀ ਅਤੇ ਹੋਰ ਮਾਧਿਅਮਾਂ ਰਾਹੀਂ ਉਹ ਨਿਤ ਦਿਨ ਬਿਆਨ ਰੂਪੀ ਤੋਪਾਂ ਦਾਗ ਦੇ ਰਹਿੰਦੇ ਹਨ ਡੰਡੀ ਲਗਾਤਾਰ ਅਤੇ ਬਹੁਤਾ ਬੋਲਣ ਵਾਲੇ ਸਮਰੱਥ ਵਿਅਕਤੀ ਤੋਂ ਵਧੇਰੇ ਅਮਲਾਂ ਦੀ ਵੀ ਆਸ ਕੀਤੀ ਜਾਂਦੀ ਹੈ ਡੰਡੀ ਪਹਿਲਾਂ ਘਰਾਂ ਲਈ ਬਿਜਲੀ ਬਿੱਲ ਮੁਆਫ ਕਰਨ ਅਤੇ ਹੁਣ 500 ਮੁਹੱਲਾ ਕਲੀਨਿਕ ਖੋਲਣ ਸੰਬੰਧੀ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਪਰ ਦੀਆਂ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਇਹਨਾਂ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਡੰਡੀ ਇਹ ਸਾਰੀ ਇਸ਼ਤਿਹਾਰਵਾਦੀ ਪਹਿਲਾਂ ਹੀ ਕਰਜ਼ੇ ਦੇ ਪਾਰ ਦੱਬੇ ਪੰਜਾਬ ਸਰ ਹੋਰ ਕਰਜ਼ਾ ਚਾੜ ਕੇ ਕੀਤੀ ਗਈ ਡੰਡੀ ਮੁਫਤ ਬਿਜਲੀ ਬਿੱਲਾ ਨੇ ਬਿਜਲੀ ਨਿਗਮ ਦਾ ਕੋਚੁੰਬਰ ਕੱਢ ਦਿੱਤਾ ਹੈ ਉਸ ਦੇ ਸਾਤਹੀਣ ਹੋਂ ਵਿੱਚ ਥੋੜਾ ਹੀ ਸਮਾਂ ਬਾਕੀ ਹੈ ਡੰਡੀ ਪਹਿਲਾ ਹੀ ਉਹ ਸਾਰੇ ਗਏ ਸਰਕਾਰੀ ਸਿਹਤ ਕੇਂਦਰਾਂ ਅਤੇ ਸੇਵਾ ਕੇਂਦਰਾਂ ਦੀ ਲਿਪਾ ਪੋਚੀ ਕਰਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪੁਰਾਣੇ ਮੁਲਾਜ਼ਮਾਂ ਨੂੰ ਹੀ ਇਧਰੋਂ ਉਧਰ ਕਰਕੇ ਬੜੀ ਧੂਮ ਧਾਮ ਨਾਲ ਇਹ ਐਲਾਨ ਕੀਤਾ ਗਿਆ ਕਿ 500 ਆਮ ਆਦਮੀ ਕਲੀਨਿਕ 10 ਮਹੀਨਿਆਂ ਦੇ ਸਮੇਂ ਵਿੱਚ ਹੀ ਖੋਲ ਦਿੱਤੇ ਗਏ ਹਨ ਡੰਡੀ ਇਹਨਾਂ ਕਲੀਨਿਕਾਂ ਦੇ ਸ਼ੁਰੂ ਸਟਾਪ ਹਾਂਜੀ ਸਟਾਪ ਅਗਲੇ 200 ਸ਼ਬਦ ਬੋਲ ਦਿਆਂ ਰੈਡੀ ਹੋ ਹਾਂਜੀ ਸਟਾਰ ਕਰਨ ਦੇ ਸਰਕਾਰੀ ਦਾਵਿਆਂ ਦੀ ਬਹੁਤ ਥਾਂ ਫੂਕ ਨਿਕਲਦੀ ਦੇਖੀ ਗਈ ਡੰਡੀ ਦੂਜੇ ਅਰਥਾਂ ਵਿੱਚ ਇੱਕ ਪੰਜਾਬੀ ਕਹਾਵਤ ਅਨੁਸਾਰ ਇਹ ਨਵੀਆਂ ਬੋਤਲਾਂ ਚ ਪੁਰਾਣੀ ਸ਼ਰਾਬ ਦੀ ਤਰ੍ਹਾਂ ਹੀ ਹਨ ਜਦੋਂ ਕਿ ਅੱਜ ਵੀ ਬੱਚੇ ਖੋਚੇ ਰਹਿ ਗਏ ਪਹਿਲੇ ਸਿਹਤ ਕੇਂਦਰ ਮਡਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਡੰਡੀ ਪਿਛਲੇ ਦਿਨਾ ਵਿੱਚ ਵਾਰ-ਵਾਰ ਮੁੱਖ ਮੰਤਰੀ ਨੇ ਪੰਜਾਬ ਲਈ ਦੋ ਸ਼ਬਦਾਂ ਦਾ ਉਚਾਰਨ ਜਾਰੀ ਰੱਖਿਆ ਹੋਇਆ ਹੈ ਕਿ ਸੂਬੇ ਨੂੰ ਰੰਗਲਾ ਪੰਜਾਬ ਅਤੇ ਕੋਹੇਨੂਰ ਬਣਾਵਾਂਗੇ ਡੰਡੀ ਸੂਬੇ ਲਈ ਅਜਿਹੇ ਲਗਾਤਾਰ ਵਰਤੇ ਸ਼ਬਦਾਂ ਦਾ ਆਧਾਰ ਕੀ ਹੈ ਉਹ ਤਾਂ ਭਗਵੰਤ ਮਾਨ ਹੀ ਜਾਣਦੇ ਹੋਣਗੇ ਪਰ ਰਾਜ ਵਿੱਚ ਟੁੱਟੀਆਂ ਫੁੱਟੀਆਂ ਸੜਕਾਂ ਤੋਂ ਇਲਾਵਾ ਥਾਂ ਪੁਰ ਥਾਂ ਬੁਨਿਆਦੀ ਸਹੂਲਤਾਂ ਦੀ ਘਾਟ ਰੜਕ ਰਹੀ ਹੈ ਡੰਡੀ ਹੁਣ ਤੱਕ ਜਿਨ ਨੇ ਬਿਆਨ ਦਿੱਤੇ ਗਏ ਹਨ ਕਿ ਸੂਬੇ ਦੀ ਕਿਸੇ ਉਸਾਰੀ ਵਿੱਚ ਓਨੀਆਂ ਇੱਟਾਂ ਵੀ ਲਗਾਈਆਂ ਗਈਆਂ ਹਨ क्वेश्चन मार्क ਇਸ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਡੰਡੀ ਅਮਨ ਕਾਨੂੰਨ ਦੇ 72 ਹੁੰਦੇ ਹਾਲਾਤ ਨੇ ਸਨਤਕਾਰਾਂ ਵਪਾਰੀਆਂ ਅਤੇ ਆਮ ਨਾਗਰਿਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ ਡੰਡੀ ਬਹੁਤੇ ਸਮਰਥ ਲੋਕ ਇਥੋਂ ਪੱਤਰਾ ਬਾਚਣ ਵਿੱਚ ਹੀ ਭਲਾਈ ਸਮਝਣ ਲੱਗੇ ਹਨ ਡੰਡੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਹਵਾਈ ਸਫਰਾਂ ਵਿੱਚ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਗੱਲ ਕਰ ਰਹੇ ਹਨ ਡੰਡੀ ਦੂਜੇ ਪਾਸੇ ਸਨਤਕਾਰਾਂ ਅਤੇ ਵਪਾਰੀਆਂ ਸਟਾਪ